ਤੁਹਾਡਾ 1847 ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ? ਮਾਸ਼ਾਅੱਲਾ ਬਹੁਤ ਅੱਛਾ ਰਿਹਾ, ਮੇਰੀ ਉਮੀਦ ਤੋਂ ਵੀ ਅੱਛਾ ਰਿਹਾ। ਤੁਸੀਂ ਵੀ ਦਿਆ ਕੇ ਟ੍ਰਿਲਿੰਗ ਦੇਖੀ, ਇਹਦੀ ਉਗਾਓ ਦੇਖਿਆ, ਔਰ ਇਹ ਮੇਰੇ ਕੋਲ 76 ਮਾਣੇ ਇਕੜ ਗਈ। ਔਰ ਟਾਈਮਿੰਗ ਬੜੀ ਅੱਛੀ ਰਹੀ ਕਿ ਮਤਲਬ ਜਿਸ ਤਰ੍ਹਾਂ 15-09 16-92 ਪ੍ਰੋਬਲਮ ਕਰ ਰਹੀ ਸੀ, ਬੁਕੈਨੀ ਆ ਗਈ, ਹੋਰ ਪ੍ਰੋਬਲਮ ਆਈ, 1847 ਹੋਰ ਵੀ ਪਾਕਿਸਤਾਨ 'ਚ ਬਹੁਤ ਲੋਕਾਂ ਲਗਾਈ ਹੈ। ਔਰ ਤੁਸੀਂ ਕਿਤਾਈਓ ਵੀ ਚੈੱਕ ਕਰ ਸਕਦੇ ਹੋ, ਇਹ ਡਿਜ਼ੀਜ਼ ਫਰੀ ਹੈ। ਇਸ ਮਤਲਬ ਫਿਲਹਾਲ ਇਹ 15-09-16-92 ਤੋਂ ਬੈਸਟ ਕਰਕੇ, ਯਾਨੀ ਕਿ ਇੰਡੀਅਨ ਕਹਿੰਦੇ ਨੇ ਇਹਦੀ ਸੋਧ ਵਰਾਇਟੀ, ਉਹਦੀਆਂ ਜਿਤਨੀਆਂ ਕਮੀਆਂ ਪੂਰੀਆਂ ਕਰਕੇ, ਇਹਨੂੰ ਇੱਕ ਮੁੱਛਲ ਵਰਾਇਟੀ ਵੀ ਕਿਹਾ ਜਾਂਦਾ ਹੈ, ਇਹਦੀ ਛੋਟੀ ਜਿਹੀ ਅੱਗੇ ਮੁੱਛ ਹੁੰਦੀ ਹੈ, ਇਹ ਉਹ ਵਰਾਇਟੀ ਉਹਨਾਂ ਇੰਟਰੋਡਿਊਸ ਕਰਾਈ ਹੈ। ਔਰ ਇਸ 'ਚ ਹੋਰ ਵੀ 5-6 ਸਾਲ ਕੋਈ ਡਿਜ਼ੀਜ਼ ਨਹੀਂ। ਔਰ ਯੀਲਡ ਵਾਈਜ਼ ਬਹੁਤ ਅੱਛੀ ਹੈ। ਦੇਖੋ ਨਾ ਕਿ ਮੇਰੇ ਕੋਲ ਇਹ 76-75-76-70 ਮਣ ਤੱਕ ਗਈ। ਔਰ ਲੋਕਾਂ ਕੋਲ ਜਿੰਨਾ ਹੋਰ ਵੀ ਸਾਊਥ ਪੰਜਾਬ ਸਾਈਡ ਲਾਈ, ਸਭ ਦੇ ਰਿਜ਼ਲਟ ਇਹ ਸਨ ਕਿ ਇਹ ਬੈਸਟ ਵਰਾਇਟੀ ਰਹੀ। ਅੱਛਾ, ਇਹ ਕਿੰਨੇ ਦਿਨਾਂ ਤਿਆਰ ਹੋ ਗਈ ਸੀ? ਸੀਡ ਟੂ ਸੀਡ ਇਹ 115-20 ਦਿਨ ਲੈਂਦੀ ਹੈ, ਡਿਪੈਂਡ ਕਰਦਾ ਕਿ ਲਾਵੇ ਲਾ ਰਹੇ ਨੇ ਜਾਂ ਬਾਰਿਸ਼ਾਂ ਨੇ ਥੋੜ੍ਹਾ ਲੇਟ ਹੋ ਗਿਆ, ਤਾਂ 110-20 ਦਿਨ ਦੇ ਅੰਦਰ ਅੰਦਰ ਇਹ ਸੀਡ ਟੂ ਸੀਡ ਖਤਮ ਹੋ ਜਾਂਦੀ। ਪਰ ਏਕੜ ਕਿੰਨਾ ਸੀਡ ਯੂਜ਼ ਕੀਤਾ ਸੀ ਤੁਸੀਂ? ਪਰ ਏਕੜ ਰਿਕਮੈਂਡ ਕਰਦੇ ਨੇ ਕਿ 5 ਕਿਲੋ ਸੀਡ ਜਿਹੜਾ ਲਾਇਆ ਜਾਣਾ, ਜਦਕਿ ਮੇਰੇ ਕੋਲ ਇਹ ਲੱਗੀ ਸੀ, ਥੋੜ੍ਹਾ ਸੀਡ ਸੀ, ਮੈਂ ਇੰਡੀਆ ਤੋਂ ਪੂਸਾ ਤੋਂ ਲੈ ਕੇ ਆਈ ਸੀ, ਅਤੇ ਮੇਰੇ ਕੋਲ ਸਾਰਾ 25 ਕਿਲੋ ਸੀਡ ਸੀ ਔਰ ਮੇਰੇ 10 ਏਕੜ ਲੱਗ ਗਏ ਸਨ। ਸਹੀ ਹੈ। ਅੱਛਾ, ਪਨੀਰੀ ਲਗਾਉਣ ਦਾ ਮੌਜੂਦ ਤਰੀਨ ਟਾਈਮ ਕੀ ਹੈ? ਐਂਡ ਜੂਨ। ਐਂਡ ਜੂਨ? ਐਂਡ ਜੂਨ, ਠੀਕ ਹੋ ਗਿਆ। ਅੱਛਾ, ਇਹ ਫਰਮਾਓ ਕਿ ਤੁਹਾਡੀ ਜਿਹੜੀ ਫਸਲ ਤੁਸੀਂ ਲਾਈ ਹੋਈ ਸੀ, ਉਹਦੇ ਤੇ ਤੁਸੀਂ ਕੀ ਫਰਟੀਲਾਈਜ਼ਰ ਪਲਾਨ ਯੂਜ਼ ਕੀਤਾ? ਪਹਿਲੀ ਬੋਰੀ ਯੂਰੀਆ ਪਾਈ ਔਰ ਉਹਦੇ ਨਾਲ 5 ਕਿਲੋ ਪਾਰ ਦਾ ਨੀਲਾ ਥੋਤਾ। ਕੁਝ ਲੋਕ ਜਿਹੜੇ ਨੇ ਜਿੱਥੇ ਥੋੜਾ ਵੇ, ਮਤਲਬ ਤੁਹਾਨੂੰ ਪਤਾ ਲੱਗਦਾ ਹੈ ਕਿ ਇਸ ਜਗ੍ਹਾ ਕੋਈ ਵਾਇਰਸ ਨਹੀਂ ਜਾਂ ਪਹਿਲੇ ਨਹੀਂ, ਉਹ 2 ਕਿਲੋ ਜਾਂ 1 ਕਿਲੋ ਵੀ ਨੀਲਾ ਥੋਤਾ ਪਾ ਦਿੰਦੇ ਨੇ। ਔਰ ਦੋ ਕਿਸ਼ਤਾਂ 'ਚ ਪਾਇਆ, 2-2.5 ਕਿਲੋ ਕਰਕੇ ਨੀਲਾ ਥੋਤਾ। ਦੁਬਾਰਾ ਜਿਹੜੀ ਯੂਰੀਆ ਪਾਈ ਉਸ 'ਚ 10 ਕਿਲੋ ਸਲਫਰ ਔਰ 5 ਕਿਲੋ ਜ਼ਿੰਕ ਪਾਈ, ਬਸ। ਅੱਛਾ, ਇਹ ਫਰਮਾਓ ਕਿ ਪਨੀਰੀ ਲਗਾਉਣੇ ਦਾ ਕੀ ਤਰੀਕਾ ਹੈ ਤੁਹਾਡਾ? ਟਿਪੀਕਲ ਜਿਸ ਤਰ੍ਹਾਂ ਦੂਸਰੇ ਲਗਾਉਣੇ ਨੇ, ਪਹਿਲੇ ਕਲਰ ਪਾਓ ਥੱਲੇ, 1 ਬੋਰੀ ਨਾਈਟਰੋ, 1 ਮਤਲਬ 1.5 ਕਨਾਲ ਮੇਰੀ ਜਗ੍ਹਾ ਸੀ, 25 ਕਿਲੋ ਬੀਂ ਦੇ ਹਿਸਾਬ ਨਾਲ, ਮਤਲਬ 1 ਕਿਲੋ 1 ਮਰਲੇ 'ਤੇ ਲੈ ਕੇ ਚੱਲੋ, 25 ਮਰਲਿਆਂ 'ਚ ਹੋਣਾ ਸੀ, ਮੈਂ 1.5 ਕਨਾਲ ਕਰਤਾ। ਉਹਦੇ ਵਿੱਚ 1 ਬੋਰੀ ਨਾਈਟਰੋ ਪਾਈ ਔਰ ਬਸ 1 ਟਰਾਲੀ ਕਲਰ ਸੀ। ਪਨੀਰੀ ਕਿੰਨੇ ਦਿਨਾਂ ਦੀ ਅੱਗੇ ਸ਼ਿਫਟ ਕਰਨੀ ਚਾਹੀਦੀ? 1 ਮਹੀਨਾ, 25 ਦਿਨ ਤੋਂ ਲੈ ਕੇ 1 ਮਹੀਨਾ। ਪੱਕੀ ਪਨੀਰੀ ਜਿਹੜੀ ਹੁੰਦੀ ਹੈ ਉਹ ਕੋਈ ਇਫੈਕਟਿਡ ਨਹੀਂ ਹੁੰਦੀ, ਬਕਾਇਦਾ ਉਹ ਯੀਲਡ ਘਟਾਉਂਦੀ ਹੈ, ਕੱਦ ਘਟਾਉਂਦੀ ਹੈ, ਉਹ ਜ਼ਮੀਨ 'ਚ ਪੱਕ ਜਾਏ ਤਾਂ ਫਾਇਦਾ ਨਹੀਂ ਹੁੰਦਾ। ਪਨੀਰੀ ਹਮੇਸ਼ਾ ਮਤਲਬ ਅਰਲੀ ਲਾਉਣੀ ਚਾਹੀਦੀ, ਜਿਹਨੂੰ ਕਹਿੰਦੇ ਕੂਲੀ ਪਨੀਰੀ ਲਾਉਣੀ ਚਾਹੀਦੀ। ਪਨੀਰੀ ਦੀ ਕੀ ਫੀਡ ਹੈ ਤੁਹਾਡੀ? ਫਰਟੀਲਾਈਜ਼ਰ ਪਲਾਨ ਕੀ ਹੈ ਪਨੀਰੀ ਦਾ? ਪਨੀਰੀ ਦਾ ਜੀ ਬਸ ਸਿਰਫ ਮੈਂ ਤੁਹਾਨੂੰ ਦੱਸਾਂ ਜੀ, ਥੱਲੇ 1 ਬੋਰੀ ਕਲਰ, ਸੌਰੀ 1 ਟਰਾਲੀ ਕਲਰ ਸੀ, 1 ਬੋਰੀ ਨਾਈਟਰੋ ਉਹ ਚੱਲਣ ਵਾਲੀ ਹੈ, ਔਰ ਪਾਣੀ ਲੱਗਦਾ ਰਿਹਾ ਹਰ ਸ਼ਾਮ ਨੂੰ। ਪਨੀਰੀ ਹਮੇਸ਼ਾ ਸ਼ਾਮ ਨੂੰ ਬੀਜੋ, ਪਾਣੀ ਉਹਦਾ ਸ਼ਾਮ ਨੂੰ ਲਗਾਓ, ਧੁੱਪ 'ਚ ਪਾਣੀ ਨਾ ਲਗਾਓ, ਧੁੱਪ 'ਚ ਉਹਨੂੰ ਜ਼ਮੀਨ 'ਚ ਕਲਰ ਪਨੀਰੀ ਨਾ ਬੀਜੋ, ਬਹੁਤ ਜ਼ਿਆਦਾ ਗੁੱਛੇ ਹੋ ਜਾਣ ਔਰ ਉਹਨੂੰ ਨਹੀਂ ਲਾਉਣਾ ਚਾਹੀਦਾ। ਦੂਜਾ ਪਲਾਸਟਿਕ ਦੀ ਬੋਰੀ 'ਚ ਪਨੀਰੀ ਨੂੰ ਨਹੀਂ ਭਿਗੋਣਾ ਚਾਹੀਦਾ, ਕੱਪੜੇ 'ਚ ਭਿਗੋਵੋ, ਭਿਗੋ ਕੇ ਮਤਲਬ ਕੱਪੜੇ 'ਚ ਕੱਢ ਕੇ ਰੱਖੋ। ਬੰਦੇ ਇੰਝ ਹੁੰਦੇ ਨੇ ਕਿ ਜਿਸ ਟਾਈਮ ਬੀ ਨੂੰ ਭਿਗੋਦੇ ਨੇ ਪਲਾਸਟਿਕ ਵਿੱਚ ਭਿਗੋ ਦਿੰਦੇ ਨੇ ਔਰ 3-4 ਦਿਨ ਉਹ ਪਿਆ ਰਹਿੰਦਾ ਔਰ ਗੁੱਛੇ ਮਾਰ ਜਾਂਦਾ, ਔਰ ਉਹਦੀ ਸਪਰਾਊਟਿੰਗ ਜਿਸ ਤਰ੍ਹਾਂ ਟੁੱਟਦੀ ਹੈ, ਪਨੀਰੀ ਦੀ ਜਰਮੀਨੇਸ਼ਨ ਰੇਸ਼ੋ ਘੱਟ ਹੋ ਜਾਂਦੀ। ਉਹਨੂੰ ਭਿਗੋ ਕੇ ਅਤੇ ਕੱਪੜਾ ਪਾ ਕੇ ਕੱਚ ਕੇ ਰੱਖ ਦਿਓ, ਅੰਗੂਰੀ ਮਾਰੇ ਔਰ ਜ਼ਮੀਨ 'ਚ ਟ੍ਰਾਂਸਪਲਾਂਟ ਕਰ ਦਿਓ। ਵੱਡੀ ਅੰਗੂਰੀ ਵੀ ਨਹੀਂ ਕਰਨਾ ਚਾਹੀਦਾ, 48 ਘੰਟੇ ਬਾਅਦ ਤੁਹਾਡੀ ਜ਼ਮੀਨ ਦੇ ਵਿੱਚ ਪਨੀਰੀ ਹੋਣੀ ਚਾਹੀਦੀ। ਚਾਹੇ ਥੋੜ੍ਹੀ ਅੰਗੂਰੀ ਹੋਵੇ, ਮਤਲਬ ਉਹ 24 ਘੰਟੇ, ਬੰਦੇ 24-24 ਘੰਟੇ ਪਾਣੀ 'ਚ ਭਿਗੋ ਦਿੰਦੇ ਨੇ, ਗਲਤ ਹੈ। 5-6 ਘੰਟੇ ਪਾਣੀ 'ਚ ਭਿਗੋ ਕੇ ਸਫੀਸੈਂਟ ਹੈ ਕਿ 5-6 ਘੰਟੇ ਤੁਸੀਂ ਭਿਗੋਈਏ, ਰਾਤ ਨੂੰ ਤੁਸੀਂ ਕਈ ਬੰਦੇ ਮੈਂ ਵੇਖਦੀ ਹਾਂ 2-2 ਦਿਨ ਪਾਣੀ 'ਚ ਪਈ ਰਹਿੰਦੀ ਹੈ ਔਰ ਉਹ ਗਲ ਜਾਂਦੀ ਹੈ, ਉਸ ਵਿੱਚ ਵਾਇਰਸ ਆ ਜਾਂਦੀ ਹੈ। ਮੇਰਾ ਇਹ ਖਿਆਲ ਹੈ ਕਿ 15-09 ਨੂੰ ਡੁੱਬਣ ਦਾ ਇਹ ਹੀ ਸੀ ਕਿ ਡੁੱਬ ਇੱਕੋ ਗੰਦੇ ਪਾਣੀ 'ਚ ਪਈ ਰਹੀ, ਜਦਕਿ ਤੁਸੀਂ ਅਗਰ ਪਨੀਰੀ ਬਣਾਉਂਦੇ ਹੋ ਇੱਕ ਟੱਪ ਵਿੱਚ ਨਮਕ ਪਾਓ, ਇੱਕ ਬੜਾ ਸੌਖਾ ਜਿਹਾ ਤਰੀਕਾ ਤੁਹਾਨੂੰ ਦੱਸਦੇ ਹਾਂ। ਟੱਪ 'ਚ ਨਮਕ ਪਾਓ, 1 ਮਣ ਵਾਸਤੇ 1 ਕਿਲੋ ਨਮਕ ਹਿਲਾ ਕੇ ਉਸ 'ਚ 1 ਅੰਡਾ ਪਾ ਦਿਓ, ਅਗਰ ਉਹ ਅੰਡਾ ਡੁੱਬ ਜਾਂਦਾ ਉਸ 'ਚ ਮਜ਼ੀਦ ਨਮਕ ਪਾਓ, ਇਤਨਾ ਨਮਕ ਪਾਓ ਥੋੜ੍ਹਾ ਥੋੜ੍ਹਾ ਕਰਕੇ ਮੁੱਠ ਮੁੱਠ ਕਰਕੇ ਕਿ ਉਹ ਅੰਡਾ ਤਰਨ ਲੱਗ ਪਏ। ਜਿਸ ਵੇਲੇ ਅੰਡਾ ਤਰ ਜਾਂਦਾ ਤੁਹਾਡਾ ਪਾਣੀ ਤਿਆਰ ਹੈ ਬੀਜ ਭਿਗੋਣ ਵਾਸਤੇ।
ਉਹਦੇ ਵਿੱਚ ਉਹ ਬੀਜ ਭਿਗੋ ਦਿਓ, 3-4 ਘੰਟੇ ਉਹ ਬੀਜ ਉਸ 'ਚ ਭਿਜਿਆ ਰਹੇ, ਫਿਰ ਉਹਨੇ ਇਤਨਾ ਧੋਵੋ ਕਿ ਨਮਕ ਵਾਲਾ ਪਾਣੀ ਨਿਕਲ ਜਾਏ, ਫਿਰ ਉਸਨੂੰ ਕੁਝ ਘੰਟਿਆਂ ਵਾਸਤੇ ਕੱਜ ਕੇ ਰੱਖ ਦਿਓ। ਅਗਲੇ ਦਿਨ ਤੁਸੀਂ ਵੇਖੋਗੇ, ਇੱਕ ਤਾਂ ਜੋ ਡਿਜ਼ੀਜ਼ ਹੈ ਨਮਕ ਉਸਨੂੰ ਖਤਮ ਕਰ ਦੇਗਾ, ਗੰਦਾ ਬੀਜ ਮੁਰਦਾ ਬੀਜ ਨਿਕਲ ਜਾਏਗਾ, ਨਮਕ ਆਲਰੇਡੀ ਇੱਕ ਸੋਰਸ ਆਫ ਕੈਲਸ਼ੀਅਮ ਹੈ, ਉਸ 'ਚ ਕੈਲਸ਼ੀਅਮ ਆ ਜਾਏਗੀ, ਜਰਮੀਨੇਸ਼ਨ ਰੇਸ਼ੋ ਜਿਹੜੀ ਹੈ ਉਹਨੂੰ ਉਗਾਓ 'ਚ ਮਦਦ ਕਰੇਗਾ। ਔਰ ਅੱਗੇ ਤੁਸੀਂ ਦੇਖੋਗੇ ਬੇਗੋ 24-15-16 ਘੰਟੇ ਬਾਅਦ ਅੱਛੀ ਸਪਰਾਊਟ ਕੱਢ ਜਾਏਗਾ, ਜਿਸ ਟਾਈਮ ਅੱਛੀ ਅੰਗੂਰੀ ਤੁਹਾਨੂੰ ਸਮਝ ਆ ਰਹੀ ਹੈ ਕਿ ਨਿਕਲ ਗਈ ਹੈ, ਪਾਣੀ ਉਹਨੂੰ ਜ਼ਮੀਨ 'ਚ ਟਰਾਂਸਪਲਾਂਟ ਕਰ ਦਿਓ। ਸ਼ਾਮ ਨੂੰ ਕਰੋ, ਸ਼ਾਮ ਨੂੰ ਪਾਣੀ ਲਾਓ, ਹਰ ਸ਼ਾਮ ਨੂੰ ਉਸਨੂੰ ਪਾਣੀ ਲਾਓ, ਕਦੀ ਵੀ ਪਨੀਰੀ ਦੁੱਬ 'ਚ ਨਾ ਬੀਜੋ ਔਰ ਨਾ ਹੀ ਦੁੱਬ 'ਚ ਪਾਣੀ। ਠੀਕ ਹੋ ਗਿਆ। ਅੱਛਾ ਮੋਤਰਮਾ, ਤੁਹਾਡਾ ਜਿਹੜਾ 1847 ਤੇ ਫਰਟੀਲਾਈਜ਼ਰ ਪਲਾਨ ਸੀ, ਇਸ ਦੀ ਤੁਹਾਡੀ ਕੀ ਤਰਕੀਬ ਹੈ? ਮੁੰਜੀ ਲੱਗਣ ਤੋਂ 10-12 ਦਿਨ ਬਾਅਦ ਯੂਰੀਆ, ਯੂਰੀਆ ਨਾਲ ਮੈਂ ਨੀਲਾ ਤੁਹਾਡੇ ਫੋਟੋ ਆਣੇ ਨਹੀਂ ਚਾਹੀਦੇ, ਇੱਕ ਵਾਰੀ ਯੂਰੀਆ 2.5 ਕਿਲੋ ਨੀਲਾ ਤੇ 2.5 ਕਿਲੋ ਉਸ ਚ ਬਾਅਦ ਚ ਇੱਕ ਵਾਰੀ ਨੀਲਾ ਤੋਂ ਪਾਣੀ ਤੇ ਰੋਜ਼ ਹੀ ਲੱਗ ਰਹੇ ਸਨ 4-5 ਦਿਨ ਬਾਅਦ। ਅਗਲਾ ਪਾਣੀ ਜਿਸ ਵੇਲੇ ਲੱਗਿਆ ਉਸ ਵੇਲੇ ਉਸ ਪਾਣੀ ਤੇ ਸਲਫਰ ਜ਼ਿੰਕ 10 ਕਿਲੋ ਸਲਫਰ, 5 ਕਿਲੋ ਜ਼ਿੰਕ ਔਰ 1 ਬੋਰੀ ਯੂਰੀਆ, ਬਸ ਸਫੀਸ਼ੀਐਂਟ ਹੈ। ਕੋਈ ਪੋਟਾਸ਼ ਨਹੀਂ ਮੇਰੀ ਜ਼ਮੀਨ 'ਚ, ਕੋਈ DAP ਨਾਈਟ੍ਰੋ ਨਹੀਂ, ਬਿਕੋਜ਼ ਸਾਲ 'ਚ ਇੱਕ ਵਾਰੀ ਜ਼ਮੀਨ ਵਿੱਚ ਰਿਕਮੈਂਡ ਕਰਦੀ ਹੈ ਜਿੰਨੇ ਵੀ ਸਾਇੰਟਿਸਟ ਨੇ ਕਿ ਤੁਸੀਂ DAP ਪਾਓ, ਯੂਰੀਆ ਪਾਓ, ਬਾਰ ਬਾਰ ਪਾ ਕੇ ਆਪਣੀ ਜ਼ਮੀਨ ਨਾ ਮਤ ਖਰਾਬ ਕਰੋ। 1847 ਦਾ ਤੁਹਾਡਾ ਲਾਸਟ ਦਾ ਜਿਹੜਾ ਐਕਸਪੀਰੀਅੰਸ ਹੈ ਉਹਦੇ ਮੁਤਾਬਕ ਇਹ ਫਰਮਾਓ ਕਿ 1847 ਦੀ ਔਸਤ ਟਿਲਰਿੰਗ ਕਿੰਨੀ ਸੀ? ਔਸਤ ਟਿਲਰਿੰਗ ਦੀ ਇਹਦੇ 'ਤੇ 50-55-60 ਗਈ, ਅਸੀਂ ਤਾਂ ਲੋਕ ਆ ਕੇ ਦੇਖਦੇ ਸਨ, ਵੀਡੀਓ ਬਣਾਉਂਦੇ ਸਨ ਕਿ ਇਹ ਨਸਲ ਕਿਹੜੀ, ਕਿਉਂਕਿ ਸਾਡੇ ਏਰੀਏ 'ਚ ਪਹਿਲੀ ਵਾਰੀ ਕਾਸ਼ਤ ਹੋਈ ਸੀਡ ਵਾਈਜ਼ ਟਿਲਰਿੰਗ ਵਾਈਜ਼। ਔਰ ਇਸ ਜਗਰ ਉਹ ਵਰਾਇਟੀ ਕਿ ਤੁਸੀਂ 10 ਬੋਰੀ ਵੀ ਯੂਰੀਆ ਪਾ ਦਿਓ ਡਿੱਗਦੀ ਨਹੀਂ, ਜੜਦੀ ਨਹੀਂ, ਇਤਨੀ ਅੱਛੀ ਵਰਾਇਟੀ ਬਣਾਈ ਗਈ। ਕੁਦਰਤੀ ਆਫਤ ਵਿੱਚ, ਹਨੇਰੀਆਂ ਵਿੱਚ, ਤੂਫਾਨਾਂ ਵਿੱਚ, ਯਾਲਾ ਬਾਰਿਸ਼ ਡਿੱਗੇਗੀ ਵੀ ਔਰ ਜੜੇਗੀ, ਅਦਰਵਾਈਜ਼ ਇਹ ਉਸ ਤਰ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ, ਡਿਜ਼ੀਜ਼ ਫਰੀ ਹੈ, ਡਿੱਗਦੀ ਨਹੀਂ, ਜੜਦੀ ਨਹੀਂ। ਬੈਸਟ ਮੇਰਾ ਖਿਆਲ ਹੈ ਇਸ ਟਾਈਮ ਬੈਸਟ ਵਰਾਇਟੀ ਪਾਕਿਸਤਾਨ 'ਚ ਜਾਂ ਇੰਡੀਆ 'ਚ ਜਿਹੜੀ ਜਾ ਰਹੀ ਹੈ 1847। ਇਸ ਤੋਂ ਬਾਅਦ ਵੀ ਆਈਆਂ ਨੇ 1884-85 ਇਹ ਵੋ, ਬਟ ਅਗਰ ਤੁਸੀਂ ਜਿਹਨਾਂ ਕੋਲ ਪੂਸਾ ਯੂਨੀਵਰਸਿਟੀ ਕੋਲ ਪੁੱਛੋ ਜਿੱਥੋਂ ਮੈਂ ਲੈ ਕੇ ਆਈ ਹਾਂ ਬੈਸਟ ਕਿਹੜੀ, ਉਹ ਕਹਿੰਦੇ ਨੇ ਜਿਹੜੀ ਤੁਸੀਂ ਲਗਾ ਲਈ, 1847 ਦਾ ਕੋਈ ਮੁਕਾਬਲਾ ਨਹੀਂ ਹੈ। ਮਾਸ਼ਾਅੱਲਾ, ਜ਼ਬਰਦਸਤ। ਅੱਛਾ ਇਹ ਫਰਮਾਓ ਕਿ ਤੁਸੀਂ ਕਹਿ ਰਹੇ ਹੋ ਕਿ ਡਿੱਗਦੀ ਨਹੀਂ ਹੈ, ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਹਦਾ ਤਨਾ ਮਜ਼ਬੂਤ ਹੈ ਜਾਂ ਇਹਦਾ ਕੱਦ ਦਰਮਿਆਨਾ, ਕੀ ਕਹਿੰਦੇ ਹੋ? ਨਹੀਂ, ਇਹਦਾ ਕੱਦ ਬਹੁਤ ਅੱਛਾ ਹੈ, ਇਹਦਾ ਤਨਾ ਬਹੁਤ ਮਜ਼ਬੂਤ ਹੈ, ਜੜਦੀ ਨਹੀਂ, ਉਹ ਇਹਦੀ ਵਜ੍ਹਾ ਹੈ ਕਿ ਇਹਦੀ ਤਨਾ ਬਹੁਤ ਮਜ਼ਬੂਤ ਹੈ, ਐਂਡ ਤੱਕ ਇਹਦਾ ਬੀਜ ਨਹੀਂ।